ਤੇ ਨਵਾਬ ਦੀ ਕਾਪੀ ਆ ਜਾਂ ਤੁਹਾਨੂੰ ਮੂੰਹ ਤੋਂ ਪਤਾ ਲੱਗਦਾ ਹੋਣਾ, ਤੇ ਸਿੰਘ ਵੀ ਦੇਖ ਸਕਦੇ ਹੋ, ਬਿਲਕੁਲ ਨਵਾਬ ਵਾਂਗੂ ਆ, ਬਿਲਕੁਲ ਨਵਾਬ ਵਾਂਗੂ ਸਿੰਘ ਆ ਜਾਂ। ਮਾਂ ਗਈ ਉਹ ਆਪਣੇ ਕੋਲ ਹੀ ਸੀ? ਹਾਂ ਮਾਂ ਆਪਣੇ ਹੁਣ ਵੀ ਕੋਲ ਹੀ ਖੜੀ ਆ। ਅੱਛਾ ਕੋਲ ਹੀ ਆਪਣੀ, ਕਿਹੜੀ ਆ ਜਿਹੜੀ ਨਾਲ ਹੀ ਖੜੀ ਆ? ਅੱਛਾ ਇਹ ਜੋਗਰਾਜ ਕਰਮਵੀਰ ਬੰਨ ਬੁੱਢੇ ਸਾਹ ਦੀ ਆ? ਹਾਂ ਬੁੱਢੇ ਸਾਹ ਦੀ ਆ। ਠੀਕ ਆ, ਤੇ ਇਹਦਾ ਦੁੱਧ ਦਾ ਕੀਰ ਕੱਢ ਰਿਹਾ? ਇਹਦੇ ਆਪਣੇ ਦੂਜੇ ਸੂਏ ਤੇ 17 ਕਿਲੋ ਦੀ ਲਾਈਚਾਈ ਕਰਵਾਈ ਆ। ਠੀਕ ਆ, ਤੇ ਆਪਣੇ ਤੀਜੇ ਸੂਏ ਆਪਣੇ ਕੋਲ 20 ਕਿਲੋ ਦਾ ਕੱਢਿਆ ਜੀ। ਤੀਜੇ ਸੂਏ 20 ਕਿਲੋ ਕੱਢਿਆ, ਇਹਦੀ ਤਾਂ ਉੱਪਰ ਜਾਂਦੀ ਰਹੀ ਆ ਵੀ ਇਹਨੂੰ 20 ਪਲੱਸ ਦੁੱਧ ਦੇਣਾ ਚਾਹੀਦਾ ਆ। ਅੱਛਾ, ਜੇ ਨਾਰਮਲ ਸੇਵਾ ਦੇ, ਤੇ ਜੇ ਮਤਲਬ ਫਿਰ ਮੇਲੇ ਤੇ ਚਵਾਈ ਕਰਵਾਉਣੀ ਆ, ਚੱਲ ਜਾ ਕੇ ਮੰਝੋ ਵੀ ਮੇਲੇ 'ਚ ਪਾਉਣੀ ਆ, ਹਾਂ, ਤੇ ਜੇ ਉਹਨੇ ਮਤਲਬ ਜ਼ੋਰ ਲਾ ਚੋਣਾ ਹੋਵੇ 23 ਤੋਂ ਵੀ ਉੱਪਰ ਦੁੱਧ ਕੱਢ ਸਕਦੀ ਹੈ। ਠੀਕ ਆ ਜੀ, ਉਹ ਜਿਹੜਾ ਮਰਜ਼ੀ ਕੱਢੂ ਛੱਡ ਕੇ ਚਲੋ, ਚਵਾਈ ਚਵੂਈ ਨੂੰ ਠੰਡੀ ਸੀ ਲੱਗੂ। ਹਾਂ ਜੀ, ਘੜੇ ਜਿਹੇ ਕੱਢੂ ਹੈ ਨਹੀਂ, ਹੋਰ ਕਈ ਹੋਰ ਕੱਢੂ ਛੱਡ ਕੇ ਤੁਸੀਂ ਚੋ ਸਕਦੇ ਹੋ, ਜਿਵੇਂ ਉਹ ਪਾਓ ਕੱਢ ਬਣ ਗਿਆ, ਹੁਣ ਸਾਡੇ ਦਿਖਾ ਦਿੰਦੇ ਆ। ਹੋਰ ਵੀ ਗੱਲ ਆ, ਇਹਦੀ ਜਿਹੜੀ ਫੈਟ ਆ ਉਹ ਵੀ ਬਹੁਤ ਚੰਗੀ ਆ, ਫੈਟ ਵੀ ਚੰਗੀ ਆ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਾਂ, ਪਿੰਡ ਗੌਂਸਪੁਰਾ, ਤਹਿਸੀਲ ਰਾਮਪੁਰਾ ਫੂਲ, ਅਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ, ਅਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਹੈਗੀ, ਚੰਗੇ ਬੁੱਲ ਦੀ ਆਪ ਹੈਗੀ, ਅਤੇ ਗਾਂ ਜਿਹੜਾ ਇਹਦਾ ਮਦਰ ਰਿਕਾਰਡ ਆ ਉਹ ਵੀ ਬਹੁਤ ਚੰਗਾ ਹੈਗਾ, ਅਤੇ ਜਿਹੜਾ ਇਹਦੇ ਸੀਮਨ ਲੱਗਿਆ ਗਾ ਉਹ ਵੀ ਬਹੁਤ ਚੰਗਾ ਲੱਗਿਆ ਗਾ, ਅਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ, ਤੋਰ ਕੇ ਵੀ ਦਿਖਾਵਾਂਗੇ, ਅਤੇ ਜਿਹੜਾ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ, ਮੁੱਲ ਚੰਗਾ ਹੋਊਗਾ, ਕੋਈ ਐਂ ਨਾ ਫੋਨ ਲਾਵੇ ਵੀ ਥੋੜ੍ਹਾ ਘਣਾ ਰੇਟ ਹੀ ਹੋਊਗਾ, ਇਹ ਨਾ ਸੋਚਿਓ ਕੋਈ, ਅਤੇ ਉੱਚੇ ਮੁੱਲ 'ਚ ਹੀ ਹੋਊਗੀ ਇਹ। ਦੂਜੇ ਸੂਏ ਜਿਹੜੇ ਸੂਣਾ ਗਾ ਦਿਨ ਤਕਰੀਬਨ ਇਹਦੇ ਪੂਰੇ ਹੋ ਚੁੱਕੇ ਹੈਗੇ, ਅਤੇ ਹੁਣ ਦੇਖੋ ਕਿੰਨੇ ਦਿਨ ਉੱਤੇ ਲੈਂਦੀ ਹੈਗੀ, ਅਤੇ ਪਹਿਲੇ ਸੂਏ ਨੇ ਚੰਗਾ ਦੁੱਧ ਕੱਢਿਆ, ਦੂਜੇ ਸੂਏ ਇਸ ਵਾਰ ਇਹਨੇ ਸੂਣਾ ਗਾ, ਅਤੇ ਇਸ ਵਾਰ ਵੀ ਬਹੁਤ ਚੰਗੀ ਉਮੀਦ ਹੈਗੀ। ਅਤੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਆਏ ਆ, ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ, ਅਤੇ ਆ ਜਾਓ ਆਪਾਂ ਸਾਰੀ ਗੱਲਬਾਤ ਕਰਾਉਂਦੇ ਹਾਂ, ਅਤੇ ਤੁਹਾਨੂੰ ਡਿਟੇਲ ਲੈ ਕੇ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਂ ਦੱਸ ਦਿਓ। ਮੇਰਾ ਗੁਰਵਿੰਦਰ ਸਿੰਘ। ਠੀਕ ਹੈ ਜੀ, ਪਿੰਡ ਗੌਂਸਪੁਰਾ ਅਤੇ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ। ਠੀਕ ਹੈ ਜੀ, ਜਿਹੜਾ ਆਪਣਾ ਪਿੰਡ ਹੈ ਇਹ ਬਾਜਾ ਖਾਲ ਰੋਡ 'ਤੇ। ਠੀਕ ਹੈ ਜੀ, ਜਿਹੜੀ ਇਹ ਆਪਾਂ ਝੋਟੀ ਵੇਚਣ ਲੱਗੇ ਹਾਂ ਅਤੇ ਇਹ ਆਪਣੇ ਘਰ ਦੀ ਹੀ ਆ? ਹਾਂਜੀ, ਇਹ ਘਰ ਦੀ ਝੋਟੀ ਹੈ। ਠੀਕ ਆ, ਕਿਹੜੇ ਬੁੱਲ ਦੀ ਆ ਇਹ? ਇਹ ਨਵਾਬ ਬੁੱਲ ਦੀ ਆ। ਠੀਕ ਆ, ਜਿਹੜਾ ਸਰਸਵਤੀ ਦਾ ਬੱਚਾ ਸੀ? ਸਰਸਵਤੀ ਦਾ ਬੱਚਾ ਸੀ, ਹਾਂ, ਉਹਦਾ ਨਵਾਬ ਉਸ ਬੁੱਲ ਦੀ ਆ। ਹੁਣ ਇਹ ਚੱਲਿਆ ਗਿਆ ਮਤਲਬ HSB ਸੀਮਨ ਬੈਂਕ ਦੇ ਵਿੱਚ, ਹੈ ਨਾ? ਹਾਂ, ਸੰਸਨੀਵਾਲ ਕੋਲੇ। ਸੰਸਨੀਵਾਲ ਕੋਲੇ ਆ, ਠੀਕ ਹੈ। ਅਤੇ ਉਮਰ ਅੰਦਾਜ਼ਾ ਕਿੰਨੀ, ਉਹ ਕੁਛ ਪਤਾ ਇਹਦਾ? ਉਮਰ ਇਹ 4.5 ਸਾਲ ਹੋ ਗਈ ਹੈ। 4.5 ਸਾਲ, 4.5 ਸਾਲ ਹੋ ਗਈ, ਤਾਂ ਦੰਦ ਪੂਰੇ ਕਰ ਗਈ ਹੈ, ਕਿਉਂਕਿ ਆਪਣੀ ਜੋ ਛੋਟੀ ਸੂਈ ਆ ਅਤੇ ਉਹਦੀ 4 ਦੰਦ ਸੂਈ ਸੀ। ਅੱਛਾ, ਵੀ ਪੈ ਜਾਣੀ ਕਿ ਲੇਟ ਸੂਈ ਸੂਈ ਸੀਗੀ, ਉਹ ਲੇਟ ਹੀ ਸੀਗੀ, ਤੇ ਪਰ 4.5 ਸਾਲ ਦੀ ਉਮਰ ਦੇ ਵਿੱਚ ਇਹਨੇ 4 ਦੰਦ ਸੁੱਟਦੇ ਜਾਂ ਕੋਈ ਕੋਈ 4 ਦੰਦ ਇਕੱਠੇ ਸੁੱਟ ਦਿੰਦਾ ਆ, ਉਹ ਇਕੱਠੇ ਸੁੱਟਦੇ ਸੀ। ਆਹੋ, ਕਈ ਵਾਰੀ ਇੱਦਾਂ ਵੀ ਹੋ ਜਾਂਦਾ ਪਸ਼ੂ ਛੇਤੀ ਸੁੱਟ ਦਿੰਦਾ, ਹੈ ਨਾ? ਠੀਕ ਆ, ਵੀ ਉੱਦਾਂ ਹੀ ਹੋਇਆ, ਹੈ ਨਾ? ਅਤੇ ਵੈਸੇ ਉਮਰ ਦਾ ਤਾਂ ਇੰਨਾ ਕੋਈ ਲੱਗਦਾ ਨਹੀਂ ਇਹਦਾ, 4 ਸਾਲ ਦੀ ਹੈ। ਇਹਨੇ ਆਪਣੇ ਦਸੰਬਰ ਦੇ ਵਿੱਚ ਜਾ ਕੇ ਇਹਨੇ ਪੂਰੇ 4 ਸਾਲ ਦੇ ਹੋਣੇ। ਠੀਕ ਹੈ, ਅਤੇ ਇਹਦੇ ਹੁਣ ਦਿਨ ਕਿੰਨੀ ਤਰੀਕ ਨੂੰ ਪੂਰੇ ਆ ਗਏ? ਦਿਨ ਤਾਂ ਪੂਰੇ ਹੋ ਗਏ ਆ। ਪੂਰੇ ਹੋ ਗਏ, ਹਾਂ। ਹੁਣ ਦੇਖੋ ਉੱਥੇ ਕਿੰਨੇ ਲੈਂਦੀ, ਇਹ ਪੂਰੇ ਪਾੜੇ ਢਾਈ ਹੋਈ ਨਹੀਂ। ਠੀਕ ਆ, ਦੇਣ ਮਤਲਬ ਹਜੇ ਲਿਜਾ ਸਕਦੀ ਹੈ ਨਾ, ਕੋਈ ਲੱਗਦਾ ਨਹੀਂ ਸੁਣਨ ਦਾ ਹਜੇ ਸਿਸਟਮ, ਹੈ ਨਾ? ਠੀਕ ਹੈ, ਅਤੇ ਪਹਿਲੇ ਸੂਏ ਨੇ ਕਿੰਨਾ ਦੁੱਧ ਦਿੱਤਾ? ਪਹਿਲੇ ਸੂਏ ਆਪਣੇ ਕੋਲ 16 ਕਿਲੋ ਦੇ ਕਰੀਬ ਦਿੱਤਾ ਆ। 16 ਕਿਲੋ, ਹਾਂ, 16 ਪੂਰਾ ਨਹੀਂ ਕੀਤਾ ਨੇ, 16 ਕਰੀਬ 100-150 ਗ੍ਰਾਮ ਘੱਟ ਰਹੇ ਆ। ਠੀਕ ਹੈ, 16 ਹੀ ਮੰਨ ਲਓ, ਚਲੋ। ਹਾਂਜੀ, 16 ਕਹਿ ਸਕਦੇ, ਪਰ ਹੈ ਨਾ ਵੀ ਸਹੀ ਸਹੀ ਦੇ ਚੰਗੀ ਗੱਲ ਹੈ। ਸਹੀ ਗੱਲ ਆ, ਅਤੇ ਦੁੱਧ ਨੂੰ ਦਿੱਤਾ ਲੰਮਾ ਸਮਾਂ ਨੇ? ਹਾਂ, ਦੁੱਧ ਲੰਮਾ ਸਮਾਂ, ਇਹਦੇ ਪਹਿਲੇ 8 ਮਹੀਨੇ ਦਾ ਜੀ ਵੀ ਦੁੱਧ ਰਿਕਾਰਡ ਆ, 13 ਕਿਲੋ 330 ਗ੍ਰਾਮ ਦਾ ਪਹਿਲੇ 8 ਮਹੀਨੇ ਦਾ, 13 ਕਿਲੋ 330 ਗ੍ਰਾਮ ਦਾ, ਇੰਨਾ ਜਾਣੀ ਐਵਰੇਜ, ਇੰਨਾ ਤਾਂ ਜਾਣੀ ਦੇਈ ਗਈ ਆ, ਐਵਰੇਜ ਦੱਸ ਦਿੱਤੇ ਆ ਵੀ 8 ਮਹੀਨੇ ਪਈ ਨਹੀਂ ਐਵਰੇਜ।
ਠੀਕ ਹੈ, ਇੰਨੀ ਜਾਣੀ ਐਵਰੇਜ ਇਹੀ ਆ ਤੇ ਬਾਕੀ ਪੀਕ ਰਿਹਾ ਇਹਦਾ 16 ਹੈ ਨਾ, 16 ਦਾ ਦੁੱਧ ਇਹਨੂੰ ਛੱਡਣਾ ਪਿਆ ਵਾ। ਅੱਛਾ, ਰਿੰਗ ਦੀ ਹੁੰਦੀ ਸੀ ਵੀ ਉਹ ਛੱਡੀ ਆ, ਠੀਕ ਹੈ, ਇਹਨੇ ਛੱਡੀ ਸਾਨੂੰ ਮੇਦ ਸੀ 3.5 ਦਿਨ ਵੀ ਛੱਡਾਂਗੇ ਸੀ, ਠੀਕ ਹੈ, ਇਹ ਇਹਦਾ ਬੋਡੀ ਸਕੋਰ ਹੋਰ ਵਾਜੂਗਾ, ਪਰ ਇਹ ਦੁੱਧ ਰਿੰਗ ਕੇ ਜਾਂਦੀ ਰਹੀ ਐਂਡ ਤੇ ਕਰ ਚੁੜੀ ਚੁੜੀ ਦੁੱਧ ਦਿੱਤਾ ਇਹਨੇ, ਠੀਕ ਹੈ, ਇਹ ਵੀ ਫਰਗਾਉਣਾ ਹੈ ਨਾ ਲੰਮਾ ਸਮਾਂ ਦੁੱਧ ਦੇਣਾ, ਭਾਵੇਂ ਜਿਹੜਾ ਮਰਜ਼ੀ ਕੱਟੜੂ ਛੱਡ ਕੇ ਚਲੋ, ਚਵਾਈ ਚਵੂਈ ਨੂੰ ਠੰਡੀ ਸੀ ਲੱਗੂ, ਘਰੇ ਜਿਹੜੇ ਕੱਟੜੂ ਹੈ ਨਹੀਂ ਹੋਰ ਕਈ ਹੋਰ ਕੱਟੜੂ ਛੱਡ ਕੇ ਤੁਸੀਂ ਚੋਸਾ ਦਿਓ, ਜਿਵੇਂ ਉਹ ਪਾਓ ਕੱਟੜੂ ਹੁਣ ਸਾਡੇ ਦਿਖਾ ਦਿੰਦੇ ਆ, ਪਰ ਸੁਣ ਲਈ ਆ ਇਹ ਕੰਮ ਖਰਾਬ ਹੋ ਜੂਗਾ ਜੀ, ਤੇ ਚੋਗੇ ਹੁਣ ਦਿਖਾ ਦਿੰਦੇ, ਠੀਕ ਆ, ਅਸੀਂ ਜੇ ਕੱਟੜੂ ਕਿਸੇ ਹੋਰ ਦਾ ਛੱਡ ਦਿੱਤਾ ਤਾਂ ਵੀ ਤਾਂ ਵੀ ਮਿਲਣਾ ਨਹੀਂ ਵੀ ਜਿਹੜੀ ਇਸੇ ਪਰ ਉਸੇ ਕੱਟੜੂ ਤੇ ਮਿਲਣਾ, ਠੀਕ ਆ, ਇਹ ਵੀ ਫਿਰ ਤਾਂ ਗਾਉਣਾ ਹੈ ਨਾ, ਬਿਲਕੁਲ ਠੰਡੀ ਸੀਲ ਆ, ਠੰਡੀ ਸੀਲ ਦੀਆਂ ਨਿਸ਼ਾਨੀਆਂ ਫਿਰ ਤਾਂ ਹੈ ਨਾ, ਠੀਕ ਆ, ਤੇ ਇਹਦੀ ਜਿਹੜੀ ਮਾਂ ਗਈ ਉਹ ਆਪਣੇ ਕੋਲ ਹੀ ਸੀ, ਹਾਂ ਮਾਂ ਆਪਣੇ ਹੁਣ ਵੀ ਕੋਲ ਹੀ ਖੜੀ ਆ, ਅੱਛਾ ਕੋਲ ਹੀ ਆਪਣੇ, ਕੋਲ ਹੀ ਖੜੀ ਆਪਣੇ, ਕਿਹੜੀ ਆ ਜਿਹੜੀ ਨਾਲ ਹੀ ਖੜੀ ਆ, ਅੱਛਾ ਇਹ ਜੋਗਰਾਜ ਕਰਮ ਵੀਰ ਬੰਨ ਬੁੱਢੇ ਸਾਹ ਦੀ ਆ, ਹਾਂ ਬੁੱਢੇ ਸਾਹ ਦੀ, ਠੀਕ ਆ, ਤੇ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ, ਇਹਦੇ ਆਪਣੇ ਦੂਜੇ ਸੂਏ ਤੇ 17 ਕਿਲੋ ਦੀ ਲਾਈ ਚਾਈ ਕਰਵਾਈ ਆ, ਠੀਕ ਆ, ਆਪਣੇ ਤੀਜੇ ਸੂਏ ਆਪਣੇ ਕੋਲ 20 ਕਿਲੋ ਦਾ ਕੱਢਿਆ ਜੀ, ਤੀਜੇ ਸੂਏ 20 ਕਿਲੋ ਕੱਢਿਆ, 20 ਤੋਂ ਉੱਪਰ ਜਾਂਦੀ ਰਹੀ ਆ, ਠੀਕ ਆ, ਤੇ ਇਹ ਵੀ ਆਪਣੀ ਹੋਮ ਬਰੀਡ ਹੀ ਆ ਨਾ, ਹਾਂ ਇਹ ਵੀ ਕਰਦੀ, ਠੀਕ ਆ, ਤੇ ਗਾਹਾਂ ਮਾਂ ਦਾ ਵੀ ਫਿਰ ਰਿਕਾਰਡ ਆ, ਮਾਂ ਵੀ ਚੰਗੀ ਆ ਹੈ ਨਾ, ਠੀਕ ਆ, ਤੇ ਇਹਦੇ ਤੋਂ ਹੁਣ ਕੀ ਉਮੀਦ ਹੈ ਇਸ ਵਾਰ ਆਪਣੀ, ਇਸ ਤੋਂ ਉਮੀਦ ਜਿਹੜੀ ਆ ਵੀ ਇਹਨੂੰ 20 ਪਲੱਸ ਦੁੱਧ ਦੇਣਾ ਚਾਹੀਦਾ ਆ, ਅੱਛਾ, ਜਿਹੜਾ ਨੋਰਮਲ ਸੇਵਾ ਦੇ, ਤੇ ਜੇ ਮਤਲਬ ਫਿਰ ਮੇਲੇ ਤੇ ਚਵਾਈ ਕਰਵਾਉਣੀ ਆ, ਚੱਲ ਜਾ ਕੇ ਮਾਝੋ ਵੀ ਮੇਲੇ 'ਚ ਪਾਉਣੀ ਆ, ਹਾਂ, ਤੇ ਜੇ ਉਹਨੇ ਮਤਲਬ ਜ਼ੋਰ ਲਾ ਚੁਣਾ ਵੀ 23 ਤੋਂ ਵੀ ਉੱਪਰ ਦੁੱਧ ਕੱਢ ਸਕਦੀ ਹੈ, ਠੀਕ ਆ, ਜਿਵੇਂ ਹੁਣ ਮੇਲੇ ਜਿਵੇਂ ਧਨੌਲੇ ਵਾਲਾ PDF ਵਾਲਾ ਆਉਣਾ ਹੈ ਨਾ, ਵੀ ਜੇ ਕਿਸੇ ਨੇ ਮੇਲੇ ਲਈ ਤਿਆਰ ਕਰਨੀ ਆ ਤੇ ਕੋਈ ਸਪੈਸ਼ਲ ਸੇਵਾ ਕਰਕੇ 20 ਪਲੱਸ ਤਾਂ ਜਾਣੀ ਨੋਰਮਲੀ ਦੇਊਗੀ ਹੈ ਨਾ, ਨੋਰਮਲ ਦੇਊਗੀ, ਠੀਕ ਆ, ਤੇ ਨਾਲ ਹੋਰ ਵੀ ਗੱਲ ਆ, ਇਹਦੀ ਜੇ ਫੈਟ ਆ ਉਹ ਵੀ ਬਹੁਤ ਚੰਗੀ ਆ, ਫੈਟ ਵੀ ਚੰਗੀ ਆ, ਨਾਲ ਕੱਢ ਦੋ ਤੇ ਚਾਰੇ ਪੂਰਾ ਸਵਾਦ ਕੀਤਾ ਨਹੀਂ ਨੇ, ਪਰ ਜੇ ਇਹਦੀ ਫੈਟ ਆ 9-9 10 ਤੱਕ ਵੀ ਫੈਟ ਨੂੰ ਮਾਰ ਦਈ ਆ, ਇਹਦੀ ਜਿਹੜੀ SNF ਸੀ ਉਹ ਵੀ 9-9 ਤੋਂ 9-9 8-9 6-9 5 ਐਂ ਲਗਾਤਾਰ ਹੀ ਆਈ ਜੀ, ਇਹ ਵੀ ਫਰਗਾਉਣਾ ਇੱਕ ਤਰ੍ਹਾਂ ਦਾ ਹੈ ਨਾ, ਹਾਂਜੀ ਵੀ ਉਹ ਫੈਟ ਵੀ SNF ਵੀ ਆ, ਕਈ ਵਾਰੀ ਇਦਾਂ ਹੁੰਦਾ ਨਾ ਪਸ਼ੂ ਦੁੱਧ ਜ਼ਿਆਦਾ ਦਿੰਦਾਗਾ ਤੇ ਉਹਦੀ ਫੈਟ ਨਹੀਂ ਹੁੰਦੀ, ਹਾਂ, ਤੇ ਇਹ ਵੀ ਗਾਉਣਾ, ਹੁਣ 16 ਕਿਲੋ ਦੁੱਧ ਬਹੁਤ ਹੁੰਦਾਗਾ ਪਹਿਲੇ ਸੂਏ, 13-14 ਵੀ ਬਹੁਤ ਹੁੰਦਾ ਵੈਸੇ ਤਾਂ, ਤੇ 16 ਦਾ ਜਾਣੀ ਪੂਰਾ ਵਧੀਆ ਹੀ ਦੁੱਧ ਹੁੰਦਾ ਗਾ, ਤੇ ਬਾਕੀ ਜਿਹੜੀ ਵੱਡੀ ਗੱਲ ਆ ਫੈਟ ਦੀ ਆ ਹੈ ਨਾ, ਤੇ ਬਾਕੀ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆ ਜੀ, ਜਿਹੜਾ ਸੀਮਨ ਲੱਗਿਆ ਦਲਵਾਗ ਕੋਲ ਤਾਂ ਸੀਮਨ ਲੱਗਿਆ ਆ, ਅੱਛਾ ਦਲਵਾਗ ਦਾ ਸੀਮਨ ਲੱਗਿਆ ਹੋਇਆ, ਮਨਜੀਤ ਬੈਂਸਵਾਲ ਕੋਲ ਜਿਹੜਾ ਹਰਿਆਣੇ ਦੇ ਵਿੱਚ, ਆਪਣੇ ਕੋਲ ਦੋ ਸੀਮਨ ਭਰੇ ਸੀ ਆਪਾਂ, ਅੱਛਾ ਦਲਵਾਗ ਦੀ, ਠੀਕ ਹੈ, ਸੂਫੀ ਦਲਵਾਗ ਵਾਲੀ, ਹਾਂ, ਤੇ ਇੱਕ ਇਹ ਮਨਸੂਖ ਵਾਲੀ ਆ, ਠੀਕ ਆ, ਇਹਦੇ ਵੀ ਦਲਵਾਗ ਲੱਗਿਆ ਵਾ ਤੇ ਗਾਂ ਇੱਕ ਤੇ ਹੋਰ ਲੱਗਿਆ ਵਾ ਸੀ, ਉਹ ਸੂਈ ਆ ਹਨਾ, ਬੱਚਾ ਆਇਆ, ਆਹ ਬੱਚਾ ਆਇਆ ਗਾ ਦਲਵਾਗ ਆ ਜੀ, ਇਹ ਦਲਵਾਗ ਦਾ ਬੱਚਾ ਜੀ, ਤੁਸੀਂ ਦੇਖ ਸਕਦੇ ਹੋ ਦੋਸਤੋ ਦਲਵਾਗ ਵਾਲ ਦਾ ਬੱਚਾ ਆਇਆ, ਤੇ ਦੇਖ ਸਕਦੇ ਹੋ ਬਹੁਤ ਸੋਹਣਾ ਬੱਚਾ ਆਇਆ ਗਾ, ਫੇਸ ਦੇਖ ਸਕਦੇ ਹੋ, ਬਾਡੀ ਬੰਤਰ ਹੱਡਾਂ ਹੁੱਡਾਂ ਦਾ ਬਹੁਤ ਜ਼ਿਆਦਾ ਖੁੱਲ੍ਹਾ ਆਇਆ ਗਾ, ਤੇ ਇਸ ਤੋਂ ਅੰਦਾਜ਼ਾ ਲੱਗਦਾ ਵੀ ਬੱਚੇ ਜਿਹੜਾ ਹੁਣ ਇਹ ਝੋਟੀ ਨੇ ਦੇਣਾ ਵੀ ਚੰਗਾ ਹੀ ਦੇਊਗੀ, ਉਹ ਵੀ ਬਿਊਟੀ ਦੇ ਵਿੱਚ ਵੀ ਆਊਗਾ, ਬਾਕੀ ਦੁੱਧ ਲੈਣ ਵੀ ਆ, ਸਾਰਾ ਕੁਛ ਹੀ ਆ, ਕੱਦ ਕਾਰਡ ਵੀ ਚੰਗਾ ਆਇਆ ਬੱਚਾ, ਤੁਸੀਂ ਦੇਖ ਸਕਦੇ ਹੋ ਇੱਕ ਦਿਨ ਦਾ ਹੀ ਆ ਇਹ, ਅਤੇ ਪੂਰਾ ਵਧੀਆ ਰਿਜ਼ਲਟ ਆਇਆ ਦਲਵਾਗ ਬੋਲ ਦਾ, ਅਤੇ ਅੱਛਾ ਇਹਦੇ ਵੀ ਦਲਵਾਗ ਹੀ ਲੱਗਿਆ ਵਾ ਫਿਰ ਹੈ ਨਾ, ਠੀਕ ਆ, ਅਤੇ ਫਿਰ ਸੀਮਨ ਵੀ ਪੂਰਾ ਚੰਗਾ ਹੀ ਆ ਹੈ ਨਾ, ਉਹ ਚੰਗੇ ਪਈ ਤਾਂ ਚੰਗਾ ਸੀਮਨ ਆਈ ਬਣ ਸ਼ੂਟ ਕਰੂਗਾ, ਇਹ ਨਹੀਂ ਵੀ ਆਪਾਂ ਜੇ ਸੇਲ ਕਰਨੀ ਆ ਤਾਂ ਸੀਮਨ ਪਰ 10 ਰੁਪਏ ਵਾਲਾ ਰੱਖੀਏ ਵੀ ਇਹ ਵੀ ਬਹੁਤ ਚੰਗਾ ਸੀਮਨ ਲੱਗਿਆ ਆ, ਸਹੀ ਗੱਲ ਆ, ਬਾਕੀ ਐਂ ਆਪਣੇ ਹੱਥੀਂ ਆਈ ਕਰੀ ਵੀ ਹੈ ਨਾ, ਹਾਂਜੀ, ਠੀਕ ਹੈ, ਅਤੇ ਜੇ ਕੱਟੀ ਦਿੰਦੀ ਆ ਤਾਂ ਬਹੁਤ ਵਧੀਆ ਗੱਲ ਆ, ਠੀਕ ਹੈ, ਪਿੱਛੇ ਮਾਂ ਮਾਂ ਜੋਗਰਾਜ ਹੋ ਗਈ ਆ, ਆਪ ਇਹ ਨਵਾਬ ਜੀ ਹੋ ਗਈ ਆ, ਸਹੀ ਗੱਲ ਆ, ਸਹੀ ਗੱਲ ਆ, ਚਲੋ ਬਾਕੀ ਕਰਮਾਂ ਦੀ ਖੇਡਿਆ, ਬਾਕੀ ਐਂ ਆ ਪੀੜੀਆਂ ਦਾ ਰਿਕਾਰਡ ਹੀ ਹੋ ਗਿਆ ਇੱਕ ਤਰ੍ਹਾਂ ਦਾ ਹੈ ਨਾ, ਅਤੇ ਗਾਹਾਂ ਰਿਜ਼ਲਟ ਚੰਗਾ ਆਊਗਾ, ਜਿਹੜਾ ਹੁਣ ਇਹਦੇ 'ਤੇ ਪੈਸੇ ਲਾ ਕੇ ਲਿਜਾਊਗਾ ਜੇ ਕੱਟੀ ਦਿੰਦੀ ਆ ਤਾਂ ਉਨੇ ਪੈਸਿਆਂ ਦੀ ਗਾਂ ਕੱਟੀ ਤਿਆਰ ਹੋ ਜਾਣੀ ਆ,
ਫੇਸ ਕੁਆਲਿਟੀ ਵੀ ਬਹੁਤ ਵਧੀਆ ਹੈ ਨਾ, ਬਾਕੀ ਕਿਵੇਂ ਆ? ਕੱਪ ਕੋਈ ਲੱਗਦੀ ਇੱਕ ਤਰ੍ਹਾਂ ਦੀ ਨਵਾਬ ਦੀ ਹੈ ਨਾ, ਮਾਂ ਨੂੰ ਕੱਦ ਵੀ ਉੱਚਾ ਕਰ ਗਈ ਹੈ ਨਾ, ਬਾਕੀ ਐਂ ਇਹਨੇ ਗਰੋਥ ਹਜੇ ਕਰਨੀ ਹੈ, ਇਹ ਤਾਂ ਦੂਜਾ ਸੂਆ ਹੀ ਆ ਨਾ, ਤੀਜੇ ਸੂਏ ਤਕਰੀਬਨ ਮੱਝ ਬਣਨਾ ਇਹਨੇ ਹੈ ਨਾ, ਹਜੇ ਤਾਂ ਹਜੇ ਤਾਂ ਝੋਟੀਆਂ ਚ ਹੀ ਆ, ਹਜੇ ਤਾਂ ਇਹਨੇ ਗਰੋਥ ਬਹੁਤ ਕਰਨੀ ਹੈਗੀ। ਅਤੇ ਬਾਕੀ ਸਿੰਘਾਂ ਸੁੰਘਾਂ ਦੀ ਕੁਆਲਿਟੀ ਵੀ ਚੰਗੀ ਹੈ, ਕੱਪ ਕੋਈ ਇੱਕ ਤਰ੍ਹਾਂ ਦੀ ਹੈ ਨਾ ਨਵਾਬ ਦੀ। ਬਾਕੀ ਤੁਸੀਂ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਜ਼ਬਰਦਸਤ ਹੈਗੀ, ਆਰਡਰ ਮੂਰ ਨੂੰ ਵੀ ਬਹੁਤ ਜ਼ਿਆਦਾ ਚੰਗਾ ਗਾ, ਟੰਗੂ ਆ ਅਤੇ ਨਾੜਾਂ ਵੀ ਬਹੁਤ ਜ਼ਿਆਦਾ ਚੰਗੀਆਂ, ਬਰੀਕ ਬਰੀਕ ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਜਿਹੜਾ ਥਣਾਂ ਦਾ ਸਾਈਜ਼ ਆ ਬਹੁਤ ਜ਼ਿਆਦਾ ਚੰਗਾ ਗਾ, ਨਾ ਤਾਂ ਥਣ ਜ਼ਿਆਦਾ ਛੋਟੇ ਆ ਅਤੇ ਨਾ ਹੀ ਜ਼ਿਆਦਾ ਵੱਡੇ ਹੈਗੇ, ਮੁੱਠੀ ਦੀ ਚੁਆਈ ਵਾਲੇ ਬਹੁਤ ਚੰਗੇ ਥਣ ਆ ਗਏ। ਅਤੇ ਥਣਾਂ ਦੇ ਵਿੱਚ ਵਿੱਥੀ ਵੀ ਤੁਹਾਨੂੰ ਦਿਸਦੀ ਹੋਣੀ ਹੈਗੀ, ਵਿੱਥੀ ਵੀ ਬਹੁਤ ਜ਼ਿਆਦਾ ਗੀ ਥਣਾਂ ਦੇ ਵਿੱਚ। ਅਤੇ ਬਾਕੀ ਬੈਕ ਸਾਈਡ ਨੂੰ ਵੀ ਲੇਵਾ ਬਹੁਤ ਚੰਗਾ, ਅਤੇ ਬਾਕੀ ਇਹਨਾਂ ਦਿਨ ਹਜੇ ਲੈ ਜਾਣੇ ਆ, ਤਿਆਰੀ ਹੁਣ ਵੀ ਬਹੁਤ ਚੰਗੀ ਹੈਗੀ, ਅਤੇ ਮੈਂ ਇਹਦਾ ਵੀ ਮੌਕੇ 'ਤੇ ਬਹੁਤ ਜ਼ਿਆਦਾ ਤਿਆਰੀ ਕਰੂੰਗੀ ਚੰਗੀ ਹੈ। ਬੈਕ ਸਾਈਡ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਦਿਸਦਾ ਹੋਣਾਗਾ, ਕਈ ਵੀਡੀਓ ਦੇ ਵਿੱਚ ਜੱਜਮੈਂਟ ਨਹੀਂ ਹੁੰਦੀ, ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ, ਅਤੇ ਖਾਲੀ ਨਹੀਂ ਮੁੜੋਗੇ, ਹਰ ਪੱਖ ਤੋਂ ਤੁਹਾਨੂੰ ਝੋਟੀ ਪਸੰਦ ਆਊਗੀ। ਅਤੇ ਬਾਕੀ ਰਿਕਾਰਡ ਚੰਗਾ, ਕਿਸੇ ਪੱਖ ਤੋਂ ਕੋਈ ਕਮੀ ਤਾਂ ਹੈ ਹੀ ਨਹੀਂ। ਅਤੇ ਹੁਣ ਆਪਾਂ ਰੇਟ ਪੁੱਛ ਲੈਂਦੇ ਹਾਂ ਵੀ ਰੇਟ ਕਿੰਨਾ ਗਾ, ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਉਂਦੇ ਹਾਂ। ਅਤੇ ਇਹਦਾ ਰੇਟ ਆਪਾਂ ਕਿੰਨਾ ਰੱਖਿਆ ਜੀ? ਇਹਦਾ ਰੇਟ 2,45,000 ਰੁਪਇਆ ਰੱਖਿਆ ਜੀ, ਲੈਣ ਵਾਲਾ ਵੀ ਜੇ ਕਰਨ ਵਾਲਾ ਰੇਟ 'ਤੇ ਮੈਨੂੰ ਵੱਧ ਵੀ ਵੀਡੀਓ 'ਚ ਬੋਲ ਦਿੰਦੇ ਵੀ ਫਰਕ ਨਹੀਂ ਪੈਣਾਗਾ, ਠੀਕ ਆ, ਪਰ ਲੈਣ ਵਾਲਾ ਰੇਟ 2,45,000 ਆ। 2,45,000 ਰੇਟ ਆ, ਇਹਦੇ ਵਿੱਚੋਂ ਮਾੜਾ ਮੋਟਾ ਬਸ ਮਾਨਤਾ ਨਹੀਂ ਹੋਊਗਾ ਨਾ, ਮਾਨਤਾ ਨਹੀਂ ਹੋਊਗਾ ਬਸ, ਠੀਕ ਆ, ਬਾਹਲਾ ਨਹੀਂ ਹੋਊਗਾ, ਮਾਨਤਾ ਹੁਣ ਜੇ ਕਰ ਦਾਂਗੇ। ਨਹੀਂ ਰੇਟ ਠੀਕ ਆ, ਪਰ ਜਾਇਜ਼ ਹੀ ਆ, ਕੋਈ ਬਾਹਲਾ ਨਹੀਂ ਕਰਿਆ ਹੈ ਨਾ, ਤੁਸੀਂ ਮੰਨ ਲਓ ਵੀ ਹਰਿਆਣੇ ਲੈਣ ਤੁਰਦੇ ਹੋ ਅਸੀਂ ਮੱਝ, ਉਹਨਾਂ ਨੇ ਕਾਹਨੂੰ 4-5 ਲੱਖ ਰੁਪਏ ਦੇਣੀ ਜੀ, 4-5 ਲੱਖ ਵੀ ਹੋ ਸਕਦਾ, ਉਦੋਂ ਵੀ ਵੱਧ ਹੀ ਮੰਗਣਾ ਹੈ ਨਾ, ਪਿਆਜ਼ ਦੇ ਵਿੱਚ ਹਜੇ ਉਹ ਨਹੀਂ, ਲੋਕਾਂ ਨੌਲੇਜ ਨਹੀਂ ਹਜੇ, ਹਾਂ ਬਾਕੀ ਆਏ ਨਾ ਚੰਗੇ ਬੁੱਲਦੀ ਆ ਗਾ, ਮਾਂ ਆਧਾਰ ਕਾਰਡ ਚੰਗਾ ਗਾ, ਇਹਦਾ ਕਾਰਨ ਇਹ ਵੀ ਕਿ ਆਪਣੇ ਲੋਕੀ ਪਿੱਛੇ ਛੋਟੀਆਂ ਬਹੁਤ ਚੰਗੀਆਂ ਆ, ਅੱਛਾ ਆਪਣੇ ਮੋਬਾਈਲ ਵੀ ਤਾਂ ਵਿੱਚ ਰਹੇ ਆ ਵੀ ਅੱਗੇ ਪਿੱਛੇ ਆਪਣੇ ਨਸਲ ਉਹ ਚੱਕੀ ਖੜੀ ਆ, ਠੀਕ ਆ, ਬਾਕੀ ਥੋੜਾ ਜਿਹਾ ਥਾਂ ਦਾ ਵੀ ਚੱਕਰ ਆ ਹੈ ਨਾ, ਥਾਂ ਦਾ ਕਰਕੇ ਵੀ ਆ, ਅਤੇ ਦੋਸਤੋ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਲੈਤੀ ਹੈਗੀ, ਅਤੇ ਹੁਣ ਤੁਹਾਨੂੰ ਆਪਾਂ ਤੋਰ ਕੇ ਦਿਖਾਉਂਦੇ ਹਾਂ ਜਿਹਨੂੰ ਪਸੰਦ ਆਉਂਦੀ ਆ, ਅਤੇ ਤੁਸੀਂ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ, ਬਾਕੀ ਆਪਾਂ ਇੱਕ ਵਾਰੀ ਬੁਲਾ ਵੀ ਦਿੰਦੇ, ਇੱਕ ਵਾਰੀ ਨੰਬਰ ਬੋਲ ਦਿਓ, ਵੈਸੇ ਚੱਲੀ ਜਾਂਦਾ ਸਕਰੀਨ 'ਚ, 94-632-44-32-41-92 84-662-84-862-24-817, ਠੀਕ ਹੈ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਖੋਲਿਓ ਹੁਣ ਉਹਨੂੰ ਆਪਾਂ ਗੇੜਾ ਦਵਾ ਦੇਈਏ ਇੱਕ ਵਾਰੀ। ਅਤੇ ਦੋਸਤੋ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ, ਅਤੇ ਸਾਰਾ ਝੋਟੀ ਦਾ ਰਿਕਾਰਡ ਆ, ਮਾਂ ਦਾ ਵੀ ਆ, ਨਾਲ ਹੀ ਖੜੀ ਹੈਗੀ ਯੋਗਰਾਜ ਬੁੱਲ ਕਰਮਵੀਰ ਦੀ ਹੈਗੀ ਇਹ, ਅਤੇ ਆਪ ਹੈਗੀ ਇਹ ਨਵਾਬ ਦੀ ਤਸੀਮ, ਇਹਨੇ 'ਤੇ ਲੱਗਿਆ ਵਾ ਦਿਲਬਾਗ ਦਾ, ਕਿਸੇ ਪੱਖਾਂ ਤੋਂ ਕੋਈ ਕਮੀ ਨਹੀਂ, ਝੋਟੀ ਬੈਕ ਸਾਈਡ ਤੋਂ ਤੁਸੀਂ ਚੌੜੀ ਚੂੜੀ ਦੇਖ ਸਕਦੇ ਬਹੁਤ ਹੈਗੀ, ਅਤੇ ਆਰਡਰ ਬਹੁਤ ਜ਼ਿਆਦਾ ਚੰਗਾ ਗਾ, ਅਤੇ ਸਾਫ਼ ਸੁਥਰਾ ਆਰਡਰ ਆ ਪੂਰਾ, ਅਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ, ਅਤੇ ਨਵਾਬ ਦੀ ਕਾਪੀ ਆ ਜਮਾਂ, ਤੁਹਾਨੂੰ ਮੂੰਹ ਤੋਂ ਪਤਾ ਲੱਗਦਾ ਹੋਣਾ, ਅਤੇ ਸਿੰਗ ਵੀ ਦੇਖ ਸਕਦੇ ਹੋ, ਬਿਲਕੁਲ ਨਵਾਬ ਵਾਂਗੂ ਆ, ਬਿਲਕੁਲ ਨਵਾਬ ਵਾਂਗੂ ਸਿੰਗ ਆ ਜਮਾਂ, ਅਤੇ ਬਾਕੀ ਵੇਲ ਕੱਦ ਤੁਸੀਂ ਦੁਬਾਰੇ ਦੇਖ ਸਕਦੇ ਹੋ, ਬਹੁਤ ਚੰਗੀ ਝੋਟੀ ਆ, ਸੋਹਣੀ ਬਹੁਤ ਹੈਗੀ, ਬਿਊਟੀ ਦੇ ਵਿੱਚ ਵੀ ਆ, ਹੱਡਾਂ ਪੈਰਾਂ ਦੀ ਵੀ ਖੁੱਲ੍ਹੀ ਆ, ਬਾਕੀ ਤੁਸੀਂ ਦੇਖ ਸਕਦੇ ਹੋ ਆਰਡਰ ਬਹੁਤ ਜ਼ਿਆਦਾ ਚੰਗਾ ਗਾ, ਪਿੱਠ ਬੁੜਾ ਕਿਸੇ ਪੱਖਾਂ ਤੋਂ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ, ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ, ਕਈ ਵਾਰੀ ਵੀਡੀਓ ਦੇ ਵਿੱਚ ਨਹੀਂ ਹੁੰਦੀ ਜੱਜਮੈਂਟ ਹੁੰਦੀ ਗੀ, ਅਤੇ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ, ਖਾਲੀ ਨਹੀਂ ਮੁੜੋਗੇ, ਅਤੇ ਸਾਰੇ ਪੱਖਾਂ ਤੋਂ ਝੋਟੀ ਚੰਗੀ ਹੈਗੀ ਪੂਰੀ। ਅਤੇ ਆਰਡਰ ਤੁਸੀਂ ਦੁਬਾਰੇ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ, ਵਿੱਥੀ ਦੇਖੋ ਥਣਾਂ ਦੇ ਵਿੱਚ ਕਿੰਨੀ ਆ, ਅਤੇ ਬਾਕੀ ਬੈਕ ਸਾਈਡ ਨੂੰ ਵੀ ਵਿੱਥੀ ਬਹੁਤ ਹੈਗੀ,
ਤੇ ਆਰਡਰ ਬਹੁਤ ਵਧੀਆ ਬਾਕੀ ਬੰਦ ਲੇਵੇ ਦੇ ਵਿੱਚ ਹੈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਫੇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਅਤੇ ਪੈਠ ਬੁੜਾ ਦੇਖ ਸਕਦੇ ਹੋ ਅਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ।